गुरमुख भैरव रोध गवावे, गुरमुख भैरव रोध गवावे, गुरमुख भैरव रोध गवावे, गुरमुख भैरव रोध गवावे। वो किसे नाल बैर नहीं करता, वो बैर विरोध दे विच नहीं आता। बैर हुंदा चलिया आउंदा, पुराना पुराने समय तो चलिया आउंदा, जिवें बिल्ली चूहे दा बैर बैर चलिया ही आउंदा, तुर तो ही चलिया आउंदा, सप्पा हुंदा गरड़ दा, ये बैर चलिया आउंदा। विरोध हुंदा बिना ही कारण तो कोई गल पै जांदा, कोई विरोध करन लग जांदा। बैर ते विरोध विच इन्ना ही डिफरेंस है, जिहड़ा गुरमुख है वह बैर विरोध दे विच नहीं आउंदा। गुरमुखां दे नाल कोई भी बैर कर सकदा है, प्रहलाद नाल बैर खुद उसके पिता अनाक्ष नहीं कीता, गुरुआं दे नाल वैर हो। गुरमुख आप नहीं वैर करता किसी दे नाल, गुरमुखां नाल कोई भी वैर कर सकता, करदी दुनिया करदी आउंदी, परंतु गुरमुख जिहड़ा है वैर विरोध मन दे विच नहीं रखता है। वैर विरोध गवावे, जे उहदा उसनूं कुछ तैश भी आउंदी है तां जिवें घाह दी अग हुंदी है, जिते बुझ जांदी है, मन दे विच नहीं उहदे कुछ हुंदा है। ਉਹ ਸੰਸਾਰ ਦੇ ਵਿੱਚ ਵੈਰ ਵਿਰੋਧ ਗਵਾਉਂਦੇ ਨੇ ਗੁਰਮੁਖ ਨੇ ਜਿਹੜੇ। ਅਸੀਂ ਲੋਕ ਵੈਰ ਵਿਰੋਧ ਦੇ ਵਿੱਚ ਫਸੇ, ਸਾਰੀਆਂ ਜ਼ਿੰਦਗੀਆਂ ਹੀ ਵੈਰ ਵਿਰੋਧ ਦੇ ਅਰਥ ਵਿੱਚ ਲਾ ਦਿੰਦੇ, ਮੇਰੀ ਸਾਰੀ ਜ਼ਿੰਦਗੀ ਉਹ ਵੈਰ 'ਚ ਕੱਢ ਦੇਣੀ ਹੈ, ਦੂਸਰਿਆਂ ਨਾਲ ਵੈਰ ਦੇ ਵਿੱਚ, ਵੈਰ ਵਿਰੋਧ ਦੇ ਵਿੱਚ ਪੂਰੀ ਜ਼ਿੰਦਗੀ ਲਾ ਦਿੰਦੇ ਹਨ। ਉਹਨੂੰ ਮਨ ਨੂੰ ਸ਼ਾਂਤੀ ਕਿਵੇਂ ਆ ਸਕਦੀ ਹੈ? ਜਬ ਤਾਰ ਕੋ ਬੈਰੀ ਮੀਤ ਤਬ ਲਗਨੇ ਚਲਣਾ, ਕਦੇ ਮਨ ਨੂੰ ਟਿਕਾਣੇ ਨਹੀਂ ਆਉਂਦੇ, ਸ਼ਾਂਤੀ ਨਹੀਂ ਆਉਂਦੀ। ਭਜਨ ਵੀ ਕਰਦਾ ਤਾਂ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਵੈਰ ਵਿਰੋਧ ਨਹੀਂ ਮਿਟਿਆ। ਗੁਰਮੁਖ ਜਿਹੜੇ ਹਨ ਵੈਰ ਵਿਰੋਧ ਗਵਾਵਾ ਗਵਾ ਦਿੰਦੇ ਹਨ। ਗੁਰਮੁਖ ਵੈਰ ਵਿਰੋਧ ਗਵਾਵਾ, ਕਿਸੇ ਨਾਲ ਕੋਈ ਵੈਰ ਨਹੀਂ ਗੁਰਮੁਖ ਦਾ, ਉਹਦੇ ਲਈ ਕੋਈ ਪਰਾਇਆ ਨਹੀਂ ਹੈ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਉਹਦੇ ਲਈ ਇਹ ਨਹੀਂ ਕਿ ਮੈਂ ਚੰਗਾ ਬਾਕੀ ਸਾਵੇਂ ਨੇ, ਦੂਜਿਆਂ ਦੀ ਨਿੰਦਾ ਕਰਦਾ, ਦੂਜਿਆਂ ਦੇ ਧਰਮਾਂ ਦੀ ਨਿੰਦਾ ਕਰਦਾ ਹੈ, ਆਪਣੇ ਆਪ ਨੂੰ ਚੰਗਾ ਕਹਿੰਦਾ ਹੈ, ਨਹੀਂ ਉਹਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੁੰਦਾ, ਉਹਨੂੰ ਸਾਰੇ ਇੱਕ ਪਰਮਾਤਮਾ ਦੇ ਬੱਚੇ ਲੱਗ ਜਾਂਦੇ। ਗੁਰਮੁਖ ਵੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਵੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ। ਮਨ ਦੇ ਵਿੱਚੋਂ ਸਾਰੇ ਹਿਸਾਬ ਕਿਤਾਬ ਹੀ ਖਤਮ ਕਰ ਦਿੰਦਾ, ਲੇਖੇ ਜੋਖ ਹੀ ਖਤਮ ਕਰ ਦਿੰਦਾ, ਮਨ ਵਿੱਚ ਸੋਚ ਹੀ ਨਹੀਂ ਆਉਣ ਦਿੰਦਾ ਹੋਰ। ਸਗਲੀ ਗਣਤ ਮਿਟਾਓ, ਸਭ ਹਿਸਾਬ ਕਿਤਾਬ ਖਤਮ ਹੋ ਜਾਂਦਾ।